ਟਿਕਟ ਨੂੰ ਲੈ ਕੇ ਮੈਂ ਗੱਲ ਜਰੂਰ ਕਰੂੰਗੀ ਮਾਨਸਾ ਹੀ ਕਿਉਂ ਮਾਨਸਾ ਤੇ ਹੀ ਕਿਉਂ ਗਰਾਰੀ ਹੈ ਬਹੁਤ ਸਾਰੇ ਵਿਰੋਧੀ ਵੀ ਕਹਿੰਦੇ ਸੀ ਅਸੀਂ ਪਹਿਲਾਂ ਪਾਰਟੀ 'ਚ ਕੰਮ ਕੀਤਾ ਵੀ ਸਾਨੂੰ ਟਿਕਟ ਮਿਲਣੀ ਚਾਹੀਦੀ ਹੈ ਉਸ ਬੰਦੇ ਨੂੰ ਕਿਉਂ ਜਿਹਨੂੰ ਹਜੇ ਆਈ ਨਹੀਂ ਪਤਾ ਵੀ ਪਿੰਡ ਕਿਹੜਾ ਸਾਡੇ ਹਲਕੇ ਦੇ ਵਿੱਚ ਆਉਂਦਾ ਕਿਉਂ ਨਹੀਂ ਪਤਾ ਹੈਗਾ ਇਹ ਬੋਲੋ ਕਿਹੜਾ ਪੁੱਛਣਾ ਪਿੰਡ ਸਾਰੇ ਮੂੰਹ ਜਵਾਂ ਨਹੀਂ ਘਣਾ ਪੰਜਾਬ ਦੇ ਨੌਜਵਾਨਾਂ ਲਈ ਕੀ ਕਰੇ ਕਿਉਂਕਿ ਰੋਜ਼ਗਾਰ ਦਾ ਆਪਾਂ ਦੇਖੀਏ ਬਹੁਤ ਵੱਡਾ ਮੁੱਦਾ ਹੈ ਬਾਹਰ ਨੂੰ ਜਾ ਰਹੇ ਨੇ ਤੁਸੀਂ ਵੀ ਗਏ ਸੀ ਇੱਕ ਸਮੇਂ ਪਤਾ ਕੀ ਗੱਲ ਹੈ ਜੀ ਕੋਈ ਵੀ ਚੀਜ਼ ਹੁੰਦੀ ਹੈ ਚੁਟਕੀ ਮਾਰ ਕੇ ਨਹੀਂ ਹੁੰਦੀ ਹਨਾ ਇਹ ਸਿਸਟਮ ਇਹ ਸਿਸਟਮ ਐਨਾ ਪੁਰਾਣਾ ਹੈਗਾ ਇਹਦੇ ਚ ਇੰਨੀਆਂ ਲੂਪ ਹੋਲਸ ਨੇ ਜੇ ਮੈਂ ਕਮਾਂ ਵੀ ਮੈਂ ਕੱਲਾ ਤੇ ਇੱਕੇ ਟਾਈਮ ਦੇ ਵਿੱਚ ਕਰ ਦੂੰ ਪਰ ਮੈਂ ਹਾਂ ਕੋਸ਼ਿਸ਼ ਕਰ ਸਕਦਾ ਮੇਰੀ ਕੋਸ਼ਿਸ਼ਾਂ ਸ਼ਾਇਦ ਰੰਗ ਲੈ ਆਉਣ ਤੇ ਵਾਦਾ ਕੋਈ ਨਹੀਂ ਅੱਠਵੀਂ ਮਾਨਸਾ ਬੜਿੰਦਾ ਤੇ ਟੈਗ ਲੱਗਦਾ ਕਹਿੰਦੇ ਬਹੁਤ ਪਛੜਾ ਇਲਾਕਾ ਹੈ ਹਨਾ ਉਹ ਤਾਂ ਕਿਵੇਂ ਟੈਗ ਕਿਵੇਂ ਦੂਰ ਕਰੋਗੇ ਸਸ਼ਕਾਲ ਮੈਂ ਤੁਹਾਡੇ ਨਾਲ ਕਮਲਦੀਪ ਕੌਰ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਇੱਕ ਗਾਣਾ ਆਇਆ ਸੀ ਜਿਸ ਨੇ ਪੰਜਾਬੀ 뮤직 ਇੰਡਸਟਰੀ ਨੂੰ ਹਿਲਾਤਾ ਸੀ 21 ਸਾਲ ਦੇ ਇੱਕ ਨੌਜਵਾਨ ਨੇ ਪੰਜਾਬੀ 뮤직 ਇੰਡਸਟਰੀ ਚ ਜੀਹਾਂ ਕਦਮ ਰੱਖਿਆ ਕੇ ਪਿੱਛੇ ਮੁੜ ਕੇ ਨਹੀਂ ਵੇਖਿਆ ਗੀਤਾਂ ਦੀ ਝੜੀ ਲਾਤੀ ਵਿਰੋਧ ਵਿਵੋਧ ਹੋਇਆ ਮਾਮਲੇ ਵੀ ਜੋ ਨੇ ਦਰਜ ਹੋਏ ਨੇ ਉਸ ਤੋਂ ਬਾਅਦ ਹੁਣ ਉਸ ਨੌਜਵਾਨ ਨੇ ਪੰਜਾਬ ਦੀ ਸਿਆਸਤ ਚ ਕਦਮ ਰੱਖਿਆ ਤੇ ਮਾਨਸਾ ਤੋਂ ਚੋਂ ਲੜਨ ਜਾ ਰਹੇ ਨੇ ਸਾਡੇ ਨਾਲ ਨੇ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲਾ ਬਹੁਤ ਸਵਾਗਤ ਹੈ ਸਸ਼ਕਾਲ ਜੀ ਸਸ਼ਕਾਲ ਕੀ ਸੋਚ ਕੇ ਜੁਆਇਨ ਕੀਤੀ ਸੀ ਕੀ ਕੰਮ ਕੰਮ ਕਰਨ ਵਾਸਤੇ ਜੁਆਇਨ ਕਰੀਏ ਜੀ ਇਲਾਕੇ ਵਾਸਤੇ ਜੁਆਇਨ ਕਰੀਏ ਥੋੜੀ ਮੋਤ ਜੁਆਇਨ ਬਾਕੀ ਕੋਈ ਵੀ ਤੁਸੀਂ ਸਿਸਟਮ ਦੇ ਵਿੱਚ ਤੁਸੀਂ ਕੁਝ ਨਾ ਕੁਝ ਕਰਨਾ ਚਾਹੁੰਦੇ ਹੋ ਤੁਹਾਨੂੰ ਵੀ ਪਾਰਟ ਆਫ ਦਾ ਸਿਸਟਮ ਬਣਨਾ ਪੈਣਾ ਸੋ ਦੈਟਸ ਵਾਈ ਸਾਰਾ ਕੁਝ ਦੇਖ ਕੇ ਸੋਚ ਸਮਝ ਕੇ ਅਸੀਂ ਕੀ ਲੱਗਦਾ ਇੱਕ ਪਾਸੇ 뮤직 ਇੰਡਸਟਰੀ ਦੀ ਚਮਕ-ਦਮਕ ਹੈ ਤੇ ਦੂਜੇ ਪਾਸੇ ਸਵਾਲਾਂ ਨਾਲ ਕਰੀ ਸਿਆਸਤ ਨਹੀਂ ਨਹੀਂ ਵਧੀਆ ਗੱਲ ਹੈ ਦੋਨੇ ਪਾਸੇ ਮੇਰਾ ਤਾਂ ਮੈਂ ਤਾਂ ਇੰਡਸਟਰੀ 'ਚ ਵੀ ਸਵਾਲਾਂ 'ਚ ਹੀ ਸੀਗਾ ਜੀ ਯਾਨੀ ਕਿ ਚਮਕ-ਦਮਕ ਤਾਂ ਉਹ ਵੀ ਨਹੀਂ ਸੀ ਸਾਈਡ ਤੇ ਮੇਰਾ ਤਾਂ ਆਹੀ ਖੁਸ਼ੀ ਸੀ ਉਧਰ ਵੀ ਇਦھر ਵੀ ਉਹੀ ਕੁਝ ਐ ਸੋ ਮੈਂਡਲੀ ਕੋਈ ਜਿਆਦਾ ਡਿਫਰੈਂਟ ਵਾਲੀ ਚੀਜ਼ ਡਿਫਰੈਂਸ ਵਾਲੀ ਚੀਜ਼ ਨਹੀਂ ਵਿਰੋਧ ਜਦੋਂ ਉਦੋਂ ਵੀ ਹੋਇਆ ਸੀ ਵਿਰੋਧ ਹੋਣ ਵੀ ਹੋ ਰਿਹਾ ਕੀ ਫਰਕ ਲੱਗ ਰਿਹਾ ਨਹੀਂ ਕੋਈ ਫਰਕ ਨਹੀਂ ਲੱਗ ਰਿਹਾ ਜੀ ਸੇਮ ਚੀਜ਼ ਹੀ ਐ ਸਾਰਾ ਕੁਝ ਉਹੀ ਉਦੋਂ ਤਾਂ ਤੁਸੀਂ ਵਿਰੋਧ ਚਲੋ ਗੀਤਾਂ ਨਾਲ ਲਿਖ ਲੁਕ ਕੇ ਕੱਢਦੇ ਹੋਗੇ ਜਵਾਬ ਦਿੰਦੇ ਹੋਗੇ ਐਵੇਂ ਵਿਰੋਧੀ ਇੱਥੇ ਵੀ ਹੋਣਗੇ ਕਿਵੇਂ ਜਵਾਬ ਦਿਓ ਹੁਣ ਕੰਮਾਂ ਨਾਲ ਜਵਾਬ ਦੇਵਾਂਗੇ ਜੀ ਕੰਮ ਕਰਕੇ ਜਿਹੜੇ ਚੀਜ਼ ਕਹਿੰਦੇ ਲੋਕਾਂ ਨੇ ਨਹੀਂ ਹੋਣਾ ਤੇ ਅੱਪ ਕਰਕੇ ਦਿਖਾਵਾਂਗੇ ਹਾਂਜੀ ਇੱਕ ਟਿਕਟ ਨੂੰ ਲੈ ਕੇ ਮੈਂ ਗੱਲ ਜ਼ਰੂਰ ਕਰੂੰਗੀ ਮਾਨਸਾ ਹੀ ਕਿਉਂ ਮਾਨਸਾ ਤੇ ਹੀ ਕਿ ਸ਼ਹਿਰ ਆ ਮੇਰਾ ਮੈਂ ਇੱਥੇ ਪੜਿਆ ਮੇਰਾ ਬਚਪਨ ਇੱਥੇ ਬੀਤੇ ਸੋ ਸਭ ਤੋਂ ਬੜੀ ਅਸੀ ਟਾਈਮ ਮੇਰੇ ਲਈ ਹੈ ਜੇ ਮੈਂ ਕੁਝ ਕਰਨਾ ਤਾਂ ਮੈਂ ਆਪਦੇ ਲੋਕਾਂ ਲਈ ਕਰਾਂ ਜੀ ਇਹ ਬਹੁਤ ਸਾਰੇ ਵਿਰੋਧੀ ਵੀ ਕਹਿੰਦੇ ਸੀ ਅਸੀਂ ਪਹਿਲਾਂ ਪਾਰਟੀ ਚ ਕੰਮ ਕੀਤਾ ਵੀ ਸਾਨੂੰ ਟਿਕਟ ਮਿਲਣੀ ਚਾਹੀਦੀ ਹੈ ਉਸ ਬੰਦੇ ਨੂੰ ਕਿਉਂ ਜਿਹਨੂੰ ਹਜੇ ਆਈ ਨਹੀਂ ਪਤਾ ਵੀ ਪਿੰਡ ਕਿਹੜਾ ਸਾਡੇ ਹਲਕੇ ਦੇ ਵਿੱਚ ਆਉਂਦਾ ਕਿਉਂ ਨਹੀਂ ਪਤਾ ਹੈਗਾ ਇਹ ਬੋਲੋ ਕਿਹੜਾ ਪੁੱਛਣਾ ਪਿੰਡ ਸਾਰੇ ਮੂੰਹ ਜਵਨ ਨਹੀਂ ਗਣਾ ਵਿਰੋਧੀ ਕਹਿ ਰਹੇ ਨੇ ਤੁਹਾਡੇ ਵਿਰੋਧੀ ਤਾਂ ਬਹੁਤ ਕੁਝ ਕਰਦੇ ਨੇ ਵਿਰੋਧੀ ਤਾਂ ਡੋਪ ਟੈਸਟ ਨੂੰ ਕਹੀ ਜਾਂਦੇ ਆ ਜੀ ਸੋ ਵਿਰੋਧੀਆਂ ਦਾ ਤਾਂ ਕੰਮ ਬੋਲਣਾ ਹੀ ਹੁੰਦਾ ਜੀ ਇਲਜ਼ਾਮ ਲਾਉਣੇ ਹੁੰਦੇ ਇਹ ਤਾਂ ਇਹ ਤਾਂ ਹਿੱਸਾ ਸਾਰੀ ਚੀਜ਼ ਦਾ ਸੋ ਉਹਨਾਂ ਦਾ ਕੰਮ ਹੈ ਜੇ ਸਾਰੀਆਂ ਚੀਜ਼ਾਂ ਦਾ ਜਵਾਬ ਦੇਣ ਲੱਗੇ ਤਾਂ ਫਿਰ ਆਪਾਂ ਕੰਮ ਕਿਹੜੇ ਵੇਲੇ ਕਰਾਂਗੇ ਸੋ ਮੈਂ ਤਾਂ ਆਪਣੇ ਕੰਮ ਤੇ ਧਿਆਨਾਂ ਜੀ ਮੇਰਾ ਕਿਸੇ ਚੀਜ਼ ਨੈਗੇਟਿਵਿਟੀ ਵੱਲ ਧਿਆਨ ਹੀ ਨਹੀਂ ਜੀ ਇੱਕ ਤੁਹਾਡਾ ਗੀਤ ਆ ਸੀ ਟਿੱਬਿਆਂ ਦਾ ਪੁੱਤ ਹਨਾ ਟਿੱਬਿਆਂ ਦਾ ਪੁੱਤ ਹੁਣ ਵਿਧਾਨ ਸਭਾ ਦੇ ਵਿੱਚ ਗਰਜੇਗਾ ਮਸਲੇ ਲੈ ਕੇ ਜਾਏਗਾ ਜੇ ਇੰਨੇ ਜੋ ਕੀ ਹੋਏ ਤਾਂ ਜ਼ਰੂਰ ਜਾਵਾਂਗੇ ਜੀ ਬਾਕੀ ਬਾਬੇ ਦੀ ਮੈਨੂੰ ਆਪਣੇ ਲੋਕਾਂ ਦੇ ਮਾਣ ਆ ਜੀ ਅਸੀਂ ਜ਼ਰੂਰ ਲੜਾਂਗੇ ਵੀ ਜਿੱਤਾਂਗੇ ਵੀ ਤੇ ਜ਼ਰੂਰ ਫਿਰ ਜ ਜਿਸ ਲੈਵਲ ਤੇ ਮੋਕਾ ਮਿਲੋ ਉਸ ਲੈਵਲ ਤੱਕ ਦੀ ਆਵਾਜ਼ ਉਠਾਵਾਂਗੇ ਜੇ ਕੋਈ ਮਸਲਾ ੜੀ ਗੱਲ ਹੈ ਜੀ ਇਹ ਨੌਜਵਾਨ ਪੰਜਾਬ ਦੇ ਨੌਜਵਾਨਾਂ ਲਈ ਕੀ ਕਰੇ ਕਿਉਂਕਿ ਰੋਜ਼ਗਾਰ ਦਾ ਆਪਾਂ ਦੇਖੀਏ ਬਹੁਤ ਵੱਡਾ ਮੁੱਦਾ ਹੈ ਬਾਹਰ ਨੂੰ ਜਾ ਰਹੇ ਨੇ ਤੁਸੀਂ ਵੀ ਗਏ ਸੀ ਇੱਕ ਸਮੇਂ ਜੀ ਪਤਾ ਕੀ ਗੱਲ ਹੈ ਜੀ ਕੋਈ ਵੀ ਚੀਜ਼ ਹੁੰਦੀ ਹੈ ਚੁਟਕੀ ਮਾਰ ਕੇ ਨਹੀਂ ਹੁੰਦੀ ਹਨਾ ਇਸ ਇਸ ਸਿਸਟਮ ਐਨਾ ਪੁਰਾਣਾ ਹੈਗਾ ਜਿਹੜੇ ਚ ਇੰਨੀਆਂ ਲੂਪ ਹੋਲਸ ਨੇ ਜੇ ਮੈਂ ਕਹਾਂ ਵੀ ਮੈਂ ਇਕੱਲਾ ਤੇ ਇੱਕੇ ਟਾਈਮ ਦੇ ਵਿੱਚ ਕਰ ਦੂੰ ਪਰ ਮੈਂ ਹਾਂ ਸਟਾਰਟ ਕਰ ਸਕਦਾ ਚੇਨ ਰਿਐਕਸ਼ਨ ਸਟਾਰਟ ਕਰ ਸਕਦੇ ਆ ਮੇਰੇ ਤੋਂ ਸਟਾਰਟ ਹੋ ਸਕਦੀ ਹੈ ਸੋ ਮੈਂ ਯਾਨੀ ਕਿ ਕੋਸ਼ਿਸ਼ ਕਰ ਸਕਦਾ ਮੇਰੀ ਕੋਸ਼ਿਸ਼ਾਂ ਸ਼ਾਇਦ ਰੰਗ ਲੈ ਆਉਣ ਤੇ ਵਾਦਾ ਕੋਈ ਨਹੀਂ ਵਾਦਾ ਵੀ ਯਾਨੀ ਕਿ ਲੀਡਰਾਂ ਵਾਂਗੂ ਫਿਰ ਜਿਹੜੀਆਂ ਗੱਲਾਂ ਸਾਨੂੰ ਦੇਣੀਆਂ ਪੈਣ ਮੋਹ ਗੱਲਾਂ ਨਹੀਂ ਕਰਦਾ ਲੋਕ ਫਿਰ ਸਵਾਲ ਕਰਦੇ ਨੇ ਵਾਦੇ ਕੀਤੇ ਪਰ ਮੈਂ ਸਟਾਰਟ ਜ਼ਰੂਰ ਕਰੂੰਗਾ ਕੋਸ਼ਿਸ਼ ਜ਼ਰੂਰ ਕਰੂੰਗਾ ਸਿੱਧੂ ਸਭ ਕੋਈ ਦੋਰ ਆਈ ਨਹੀਂ ਹੈਗੀ ਤੁਹਾਨੂੰ 뮤ਜ਼ਿਕ ਇੰਡਸਟਰੀ ਚ ਬਹੁਤ ਪਿਆਰ ਦਿੱਤਾ ਫੈਨ ਵੀ ਬਹੁਤ ਬਣੇ ਨੇ ਤਾਂ ਲੱਗਦਾ ਇੱਕ ਲੀਡਰ ਵਜੋਂ ਵੀ ਤੁਹਾਨੂੰ ਪਿਆਰ ਉਹਨਾਂ ਹੀ ਮਿਲੇਗਾ ਪਤਾ ਕੀ ਗੱਲ ਹੈ ਜੀ ਉਹ ਉਹ ਫੈਨ ਕਿਉਂ ਬਣੇ ਨੇ ਉਹ ਮੇਰੇ ਕੰਮ ਕਰਕੇ ਬਣੇ ਨੇ ਤੇ ਇੱਥੇ ਹਲੇ ਮੈਂ ਕੰਮ ਕਰਨਾ ਠੀਕ ਹੈ ਨਾ ਜਦੋਂ ਮੈਂ ਇੱਥੇ ਕੰਮ ਕਰੂੰਗਾ ਤਾਂ ਇੱਥੇ ਹੀ ਮੈਨੂੰ ਪਿਆਰ ਮਿਲੂਗਾ ਸੋ ਹੱਲੇ ਤਾਂ ਇਲੈਕਸ਼ਨ ਲੜਦੀਆਂ ਇਲੈਕਸ਼ਨ ਜਿੱਤਾਂਗੇ ਇੱਕ ਵਾਰੀ ਇਹ ਤਾਂ ਭਰੋਸਾ ਹੁੰਦਾ ਲੋਕਾਂ ਦਾ ਉਦੋਂ ਬਾਅਦ ਤਾਂ ਮੈਂ ਆਪ ਦਾ ਰੈਜ਼ਿਊਮ ਆਪ ਬਣਾਉਣਾ ਹੈ ਐ ਰਿਕਾ ਚਲੋ ਸ਼ਾਇਦ ਮੈਂ ਹੋ ਸਕਦਾ ਮੈਂ ਐਜ਼ ਅ ਸੈਲੀਬ੍ਰਿਟੀ ਜਿੱਤ ਜਾ ਜੈਸ ਤੇ ਕੀ ਮੈਨੂੰ ਲੋਕ ਵੋਟਾਂ ਪਾ ਦੇਣ ਵੀ ਠੀਕ ਹੈ ਚੰਗਾ ਅਗਲੀ ਵਾਰੀ ਤਾਂ ਮੈਨੂੰ ਕੰਮ ਕਰਕੇ ਲੈ ਕੇ ਆਉਣੇ ਪੈਣਗੇ ਨਾ ਕਿ ਫਲਾਨਿਆਂ ਕੰਮ ਨਹੀਂ ਕੀਤਾ ਤੇਰੇ ਕੋਲੇ 5 ਸਾਲ ਸੀ ਸੋ ਰੈਜ਼ਿਊਮੇ ਬਣਾਉਣਾ ਪੈਣਾ ਪਿਆਰ ਇੱਥੇ ਹੀ ਮਿਲੂਗਾ ਕੰਮ ਨਾਲ ਹੀ ਪਿਆਰ ਮਿਲਦਾ ਜਦੋਂ ਉਧਰ ਕੰਮ ਕੀਤਾ ਸੀ ਤਾਂ ਜੋ ਸੀ ਕਾਂਗਰਸ ਜੁਆਇਨ ਕੀਤੀ ਸੀ ਗੱਲਾਂ ਚੱਲੀਆਂ ਸੀ ਇਹ ਕਹਿੰਦੇ ਸਿੱਧੂ ਮੂਸੇਵਾਲੇ ਦੇ ਫੈਨਸ ਘਟ ਗਏ ਨੇ ਅਗਰ ਘਟੇ ਹੋਏ ਤਾਂ ਤੁਹਾਨੂੰ ਉਹਦਾ ਕੋਈ ਨੁਕਸਾਨ ਹੋਏਗਾ ਵੱਧ ਵੀ ਗਈ ਜੀ ਬਾਅਦ ਚ ਉੰਨੀ ਹੋਗੇ ਦੁਬਾਰੇ ਫਿਰ 6.9 ਸੀ 6.8 ਸੀ ਹੁਣ ਫਿਰ 6.9 ਹੋਗੇ ਸੋ ਇਹ ਚੀਜ਼ਾਂ ਜਦੋਂ ਤੁਸੀਂ ਕੋਈ ਕਰੜੇ ਫੈਸਲੇ ਲੈਣੇ ਹੋ ਜ਼ਰੂਰੀ ਨਹੀਂ ਹੁੰਦਾ ਵੀ ਲੋਕ ਤੁਹਾਡੇ ਨਾਲ ਹਮੇਸ਼ਾ ساری ਦੁਨੀਆ ਜੋ ਤੁਸੀਂ ਸਹੀ ਹੈ ਤਾਂ ਸਹੀ ਹੀ ਕਹੂਗੀ ਤਾਂ ਕਈ ਕਿੰਤੂ ਪਰੰਤੂ ਕਰਨ ਵਾਲੇ ਵੀ ਹੁੰਦੇ ਆ ਕਈ ਵਾਰੀ ਉਹ ਘਟ ਹੋ ਜਾਂਦੇ ਨੇ ਕਈ ਵਾਰੀ ਇਹ ਚੀਜ਼ਾਂ ਜਦੋਂ ਤੁਸੀਂ ਫੈਸਲੇ ਲੈਣੇ ਹੋ ਕਈ ਵਾਰੀ ਟੁੱਟਦੇ ਨੇ ਲੋਕ ਕਈ ਵਾਰੀ ਜੁੜਦੇ ਨੇ ਸੋ ਇਹ ਤੁਹਾਨੂੰ ਫੈਸਲਾ ਲੈਣ ਵਾਲੇ ਦੇਖਣਾ ਚਾਹੀਦਾ ਤੁਸੀਂ ਇਹਨਾਂ ਦ੍ਰਿੜ ਹੋਣੇ ਚਾਹੀਦੇ ਮੈਨੂੰ ਪਤਾ ਸੀ ਵੀ ਇਹ ਚੀਜ਼ਾਂ ਹੋਣੀਆਂ ਨੇ ਤੇ ਉਹ ਹੋਈਆਂ ਦੁਬਾਰੇ ਫਿਰ ਵਧੇ ਵੀ ਅਗਰ ਸਾਡੇ 뮤직 ਇੰਡਸਟਰੀ ਚ ਇੱਥੇ ਵੀ ਹੋਣੀ ਹੈ ਹਾਂਜੀ 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 ਆਉਣਗੇ ਜੀ ਦੇਖੇ ਚੱਲੋ ਮਾਨਸਾ ਦੇ ਲੋਕਾਂ ਲਈ ਕੀ ਕਰੋਗੇ ਉਹਦਾ ਸਾਰਾ ਕੁਝ ਹੀ ਮਾਨਸਾ ਦੇ ਲੋਕਾਂ ਲਈ ਕਰਨਾ ਹੈ ਜੀ ਸੋ ਮਾਨਸਾ ਤੋਂ ਬਾਅਦ ਬਾਹਰ ਜਾ ਕੇ ਵੀ ਕੋਈ ਥੋੜਾ ਹੈ ਇਰਾਦਾ ਕੰਮ ਕਰਾਂ ਪਤਾ ਕੀ ਗੱਲ ਹੈ ਜੀ ਉਹੀ ਗੱਲ ਹੈ ਨਾ ਵੀ ਮੈਂ ਤੁਹਾਨੂੰ ਕਿਹਾ ਵੀ ਜਿਸ ਲੈਵਲ ਤੇ ਮੌਕਾ ਮਿਲਿਆ ਉਸ ਲੈਵਲ ਦੀ ਵਾਸਟਾਵਾਂਗੇ ਇੱਦੋਂ ਵੱਡੇ ਮਾਨਸਾ ਲੈਵਲ ਤੋਂ ਤਾਂ ਨਾ ਮਿਲਿਆ ਤਾਂ ਮਾਨਸਾ ਲੈਵਲ ਤੋਂ ਤਾਂ ਲਈ ਵੀ ਕੰਮ ਕਰਾਂਗੇ ਮਾਨਸਾ ਲੈਵਲ ਦਾ ਮਿਲਿਆ ਤਾਂ ਮਾਨਸਾ ਲੈਵਲ ਆਖਰੀ ਸਵਾਲ ਕਰੂੰਗੀ ਅੱਜ ਵੀ ਮਾਨਸਾ ਬਢਿੰਡਾ ਤੇ ਟੈਗ ਲੱਗਦਾ ਹੈ ਕਹਿੰਦੇ ਬਹੁਤ ਪਛੜਾ ਇਲਾਕਾ ਹੈ ਹੈਨਾ ਉਹ ਤਾਂ ਕਿਵੇਂ ਟੈਗ ਕਿਵੇਂ ਦੂਰ ਕਰੋਗੇ ਉਹ ਟੈਗ ਜਿੱਤ ਕੀ ਦੂਰ ਹੋਊਗਾ ਜੀ ਪਛੜਿਆ ਪਛੜੇ ਨੂੰ ਹੁਣ ਇਹ ਤਾਂ ਹੈ ਨਹੀਂ ਵੀ ਸਾਡੀ ਦਿਮਾਗ ਅੱਧੇ ਨੇ ਜਾਂ ਸਾਡੇ ਹੱਥ ਪੈਰ ਨਹੀਂ ਪੂਰੇ ਅਸੀਂ ਵੀ ਬਾਹਰ ਜਾਂਦੇ ਆ ਨਾ ਕਹਿੰਦੇ ਨੇ ਲੋਕ ਪਤਾ ਇੱਥੇ ਵਿਕਾਸ ਨਹੀਂ ਹੋਇਆ ਵਿਕਾਸ ਤਾਂ ਨਹੀਂ ਹੋਇਆ ਕਿਉਂਕਿ ਸਾਡੇ ਲੋਕ ਆਪਸ ਦੇ ਵਿੱਚ ਕਿਤਨੇ ਕਿਤੇ ਫੁੱਟਾਂ ਦੇ ਸ਼ਰੀਕੇਬਾਜ਼ੀਆਂ ਦੇ ਵਿੱਚ ਸਾਡੇ ਇੱਥੇ ਮੁਕਸਰ ਵੀ ਤਾਂ ਸਾਡੇ ਏਰੀਆ ਦੇ ਨਾਲ ਹੀ ਹੁੰਦਾ ਉੱਥੋਂ ਇੱਕ ਬੰਦਾ ਜਿੱਤਿਆ ਉਹਨੇ ਉਸ ਚੀਜ਼ ਦੀ ਦਸ਼ਾ ਬਦਲ ਦਿੱਤੀ ਸੋ ਬੰਦਾ ਹੀ ਹੈ ਜਦੋਂ ਜਦੋਂ ਨਾਮ ਬਣਦੇ ਨੇ ਹਨਾ ਉਹ ਕਹਿੰਦੇ ਹੁੰਦੇ ਨੇ ਸੱਤਾਂ ਪੀੜੀਆਂ ਚੋਂ ਇੱਕ ਸਿਆਣਾ ਨਿਕਲ ਗਿਆ ਨਾ ਤਾਂ ਸਾਰੀਆਂ ਸੱਤਾਂ ਪੀੜੀਆਂ ਨਾ ਚਮਕਾ ਰਹਿੰਦਾ ਸੋ ਇੱਕ ਬੰਦੇ ਨਿਕਲਨੇ ਦੇ ਦੇ ਰ ਸਾਰਾ ਕੁਝ ਬਦਲ ਜਾਊਗਾ ਮੁਕਾਬਲਾ ਕਿਸ ਨਾਲ ਮੰਨਦੇ ਹੋ ਮੁਕਾਬਲਾ ਬੁਰਾਈਆਂ ਨਾਲ ਜੀ ਸਮਾਜਿਕ ਪ੍ਰੋਬਲਮਾਂ ਨਾਲ ਜੀ ਬਾਕੀ ਪਾਰਟੀਆਂ ਤੋਂ ਲੱਗਦਾ ਤੁਹਾਡੇ ਸਾਹਮਣੇ ਨਹੀਂ ਨਹੀਂ ਪਾਰਟੀ ਮੈਂ ਸਾਹਮਣੇ ਹੈ ਬਹੁਤ ਕੁਝ ਨੇ ਉਹ ਪਰ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਵੀ ਉਹ ਕੁਝ ਨਹੀਂ ਪਰ ਮੈਂ ਕਹਿੰਦਾ ਮੇਰਾ ਮੈਂ ਉਹਨਾਂ ਨਾਲ ਮੁਕਾਬਲਾ ਲੈ ਕੇ ਨਹੀਂ ਚ ਸਿਆਸੀ ਗੁਰੂ ਹੈ ਤੁਹਾਡਾ ਮੇਰਾ ਸਿਆਸੀ ਗੁਰੂ ਮੇਰੇ ਹਲਕੇ ਦੇ ਲੋਕ ਨੇ ਜੀ ਰੋਜ਼ ਨਵੀਆਂ ਗੱਲਾਂ ਸਿਖਾਉਂਦੇ ਨੇ ਜੀ ਸੋਈ ਸੰਜੀ ਪੰਜਾਬ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਜੋ ਕਿ ਹੁਣ ਮਾਨਸਾ ਤੋਂ ਚੋਂ ਲੜਨ ਜਾ ਰਹੇ ਤੇ ਇਹਨਾਂ ਦਾ ਹੀ ਕਹਿਣਾ ਕਿ ਜੇਕਰ ਇਹ ਜਿੱਤ ਦੇ ਨੇਤਾ ਜੋ ਮਾਨਸਾ ਦੇ ਲੋਕ ਨੇ ਉਹਨਾਂ ਦਾ ਜੋ ਮਾਨਸਾ ਦਾ ਜੋ ਹੈਗਾ ਵਿਕਾਸ ਕਰਨਗੇ ਕੈਮਰਾਮੈਨ ਸੁਨੀਲ ਦੇ ਨਾਲ ਕਮਲਦੀਪ ਕੌਰ ਦੀ ਰਿਪੋਰਟ